ਇਹ ਸਾਡੇ ਮੁਹੱਲੇ ਦੇ ਵਿੱਚ ਰਹਿੰਦੇ ਸੀ ਜੀ, ਇਕੱਲੇ ਰਹਿੰਦੇ ਸੀਗੇ ਜੀ ਬਹੁਤ ਚਿਰ ਤੋਂ, ਅਤੇ ਸੁਬਹਾ ਸ਼ਾਮ ਇਹ ਘਰ ਦੇ ਬਾਹਰ ਆ ਕੇ ਬਹਿੰਦੇ ਸੀਗੇ, ਗਲੀ ਦੇ ਮਹਾਜਨ ਦੇ ਲੇਡੀਜ਼ ਸਾਰੀਆਂ ਇਕੱਠੀਆਂ ਹੋ ਕੇ ਬਹਿੰਦੀਆਂ ਸੀ। ਅੱਜ ਸੁਬਹਾ ਜਦੋਂ ਇਹ ਬਾਹਰ ਨਹੀਂ ਨਿਕਲੇ ਤਾਂ ਆਂਢ ਗੁਆਂਢ ਦੇ ਲੇਡੀਜ਼ ਨੇ ਪੁੱਛਿਆ ਵੀ ਅੱਜ ਚਾਚੀ ਜੀ ਆਏ ਨਹੀਂ, ਤਾਂ ਉਹਨਾਂ ਨੇ ਜੋ ਦੇਖਿਆ ਵੀ ਪਤਾ ਕੀਤਾ, ਪਤਾ ਕਰੋ ਵੀ ਵੱਡੀ ਉਮਰ ਦੇ ਨੇ ਵੀ ਕੀ ਗੱਲ ਇਹ ਅੰਦਰੋਂ ਕਿਉਂ ਨਹੀਂ ਆਏ। ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ੇ ਦੇ ਬਿਰਲ ਵਿੱਚ ਦੀ ਤਾਂ ਉਹ ਬੈੱਡ 'ਤੇ ਮੁੱਦੇ ਪਏ ਸੀ। ਫਿਰ ਉਹਨਾਂ ਨੇ ਬਾਜ਼ਾਰ ਦੇ ਵਿੱਚੋਂ ਅਤੇ ਪਿੰਡ ਦੇ ਵਿੱਚੋਂ ਮੁਹੱਲੇ 'ਚੋਂ ਲੋਕ ਬੁਲਾ ਕੇ ਇਕੱਠੇ ਕਰਕੇ ਦਰਵਾਜ਼ਾ ਭੰਨਿਆ ਸਾਰੇ ਦੀ ਹਾਜ਼ਰੀ 'ਚ, ਤਾਂ ਉਹ 'ਚ ਦੇਖਿਆ ਤਾਂ ਇਹ ਮੁੱਦੇ ਪਏ ਸੀ ਬੈੱਡ 'ਤੇ, ਇਹਦੇ ਹੱਥ ਪੈਰ ਬੰਨੇ ਵੀ ਸੀ ਅਤੇ ਗਲ 'ਚ ਸਾਫਾ ਪਾਇਆ ਵਾ ਸੀਗਾ, ਕੁੱਟਿਆ ਪਿਆ ਸੀਗਾ ਅਤੇ ਨਾਲ ਬਲੱਡ ਵੀ ਡੁੱਲਿਆ ਪਿਆ ਸੀ। ਅਤੇ ਲੋਕਾਂ ਨੇ ਇਕੱਠਿਆਂ ਨੇ ਮਿਲ ਕੇ ਸਾਰੇ ਪੁਲਿਸ ਨੂੰ ਤਲਾਹ ਦਿੱਤੀ ਹੈ ਅਤੇ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਇਹਨਾਂ ਦੇ ਬੱਚੇ ਲੱਗ ਰਹਿੰਦੇ ਸੀ ਜੀ, ਦੋ ਬੱਚੇ ਆ ਉਹ ਦਿੱਲੀ ਰਹਿੰਦੇ ਸੀ, ਇੱਕ ਬੱਚਾ ਇਹਨਾਂ ਦੇ ਇੱਥੇ ਰਹਿੰਦਾ, ਉਹ ਲੱਗ ਰਹਿੰਦੇ ਸੀ। ਇਹਨਾਂ ਦੇ ਘਰ ਹਸਬੈਂਡ ਦੀ ਬਹੁਤ ਚਿਰ ਹੋ ਗਏ, ਪਹਿਲਾਂ ਡੈਥ ਹੋ ਚੁੱਕੀ। ਕਿੰਨੀ ਕੁ ਉਮਰ ਸੀ ਇਹਨਾਂ ਦੀ? 84 ਸਾਲ ਦੀ ਉਮਰ ਸੀ। ਕੋਈ ਇਹੀ ਲੁੱਟਖੋਲ ਹੀ ਗੱਲ ਲੱਗਦੀ ਹੈ ਜੀ, ਜਿਨ੍ਹਾਂ ਨੇ ਕੋਈ ਮਾੜੀ ਨੀਤ ਦੇ ਲੁੱਟਣ ਕਰਕੇ ਇਹਨਾਂ ਨੂੰ ਕੀਤਾ ਜੀ। ਇਹਨਾਂ ਦੇ ਹੱਥ 'ਚ ਜੋ ਜਿੱਥੇ ਲੇਡੀਜ਼ ਦੱਸਣ ਮੁਤਾਬਕ ਵੀ ਹੱਥ ਦੇ ਵਿੱਚ ਕੋਈ ਗੋਲਡ ਪਾਇਆ ਵਾ ਸੀ ਜਾਂ ਬਾਂਹ ਦੇ ਵਿੱਚ ਪਾਇਆ ਵਾ ਸੀ ਜਾਂ ਗਲ 'ਚ, ਉਹ ਹੈੜੀ ਹੋ। ਇਹ ਅਸਲ 'ਚ ਭਦੌੜ ਜਿਹੜਾ ਟਾਊਨ ਹੈ ਇਹ ਸਬ ਡਿਵੀਜ਼ਨ ਤਪਾ 'ਚ ਅਤੇ ਜ਼ਿਲ੍ਹਾ ਬਰਨਾਲਾ 'ਚ ਪੈਂਦਾ। ਇੱਥੇ ਇੱਕ ਮਤਲਬ ਸ਼ਹਿਰ ਦੀ ਸੰਘਣੀ ਆਬਾਦੀ 'ਚ ਮਹਾਜਨਾਂ ਦੇ ਪਰਿਵਾਰ ਦੀ ਇੱਕ ਮਾਈ ਰਾਜ ਰਾਣੀ ਰਹਿੰਦੀ ਸੀ, ਜੋ ਮਤਲਬ ਜਿਹਦੇ ਦੋ ਲੜਕੇ ਤਾਂ ਦਿੱਲੀ ਸੈਟਲ ਸੀਗੇ, ਜਿਨ੍ਹਾਂ 'ਚੋਂ ਇੱਕ ਮੌਤ ਹੋਇਆ ਹੋਇਆ ਅਤੇ ਮਤਲਬ ਉੱਥੇ ਸੀ ਪਰਿਵਾਰ ਸੈੱਟ, ਅਤੇ ਇੱਕ ਲੜਕਾ ਇਹਨਾਂ ਦਾ ਇਹਨਾਂ ਦੇ ਘਰ 'ਚੋਂ ਹੀ ਹਿੱਸਾ ਵੰਡਾ ਕੇ ਅਲੱਗ ਰਹਿੰਦਾ ਸੀ ਔਰ ਇਹਨਾਂ ਨਾਲ ਉਹਨਾਂ ਦਾ ਵਰਤਵਾਰਾ ਨਹੀਂ ਸੀ। ਅਤੇ ਜੋ ਇਹ ਅੱਜ ਸੁਬਹਾ ਦੇਖਿਆ ਕਿ ਹਰ ਰੋਜ਼ ਦਰਵਾਜ਼ਾ ਖੁੱਲ੍ਹ ਕੇ ਮਾਤਾ ਦੋ ਕੁ ਘੰਟੇ ਦੇਲੀ ਅਤੇ ਸੁਬਹਾ ਦੋ ਘੰਟੇ ਸ਼ਾਮ ਨੂੰ ਬਹਿੰਦੀ, ਇਕੱਲੇ ਰਹਿਣ ਕਰਕੇ ਬੱਚੇ ਬੁੱਚੇ ਗਲੀ ਦੇ ਗਵਾਂਢ ਦੇ ਆ ਜਾਂਦੇ ਸੀ। ਅੱਜ ਜੋ ਦੇਖਿਆ ਉਹਦੇ 'ਚ ਸੁਬਹਾ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਇਹਨਾਂ ਨੇ ਇਹਦੇ ਲੜਕੇ ਨੂੰ ਫੋਨ ਕੀਤਾ ਕਿਸੇ ਭਲੇ ਪੁਰਸ਼ਾਂ ਨੇ ਦਿੱਲੀ, ਉਹਨਾਂ ਨੇ ਫਿਰ ਅੱਗੇ ਕਿਹਾ ਵੀ ਜਾ ਕੇ ਦੇਖੋ ਕੀ ਗੱਲ ਹੈ। ਚਲੋ ਇਹਨਾਂ ਨੇ 9 ਕੁ ਵਜੇ ਦੇਖਿਆ ਤਾਂ ਅੰਦਰ ਦਰਵਾਜ਼ਾ ਖੋਲ੍ਹਿਆ, ਇੱਕ ਪਾਸਿਓਂ ਲੱਗਿਆ ਹੋਇਆ ਸੀ, ਦੂਜੇ ਪਾਸਿਓਂ ਅੰਦਰ ਕੁੰਡੀ ਸੀ। ਤੋੜ ਕੇ ਖੋਲ੍ਹ ਕੇ ਇਹਨਾਂ ਚੈੱਕ ਕੀਤਾ ਤਾਂ ਮਾਤਾ ਦੀ ਡੈੱਡ ਬੋਡੀ ਬੈੱਡ 'ਤੇ ਪਈ ਸੀ, ਜਿਨ੍ਹਾਂ ਦੇ ਪੈਰਾਂ 'ਚ ਵੀ ਜਿਵੇਂ ਪਰਨੇ ਨਾਲ ਕੁਛ ਬੰਨਿਆ ਹੁੰਦਾ ਅਤੇ ਸਿਰ 'ਤੇ ਵੀ ਸੱਟ ਸੀ, ਉਹਨਾਂ ਦਾ ਮਰਡਰ ਹੋਇਆ ਹੋਇਆ ਸੀ। ਅਤੇ ਸਾਨੂੰ ਇਤਲਾਹ ਮਿਲੀ, ਦੇਖੋ ਲੁੱਟ ਖੋਹ 'ਚ ਵੀ ਕਤਲ ਹੁੰਦਾ ਹੁੰਦਾ, ਕਤਲ ਤਾਂ ਕਤਲ ਹੀ ਹੁੰਦਾ ਚਾਹੇ ਜਿੱਥੇ ਮਰਜ਼ੀ ਹੋ ਜਾਵੇ, ਪਰ ਇਹ ਚਲੋ ਹਾਲੇ ਅਸੀਂ ਇਹਨਾਂ ਪਹਿਲੂਆਂ 'ਤੇ ਤਫਤੀਸ਼ 'ਚ ਕਰਾਂਗੇ, ਹਾਲੇ ਤਾਂ ਸਿੰਪਲ ਕਾਰਵਾਈ ਕਰ ਰਹੇ ਹਾਂ। ਬੋਡੀ ਤੋਂ ਜੋ ਵੀ ਅਸੀਂ ਫਿੰਗਰ ਪ੍ਰਿੰਟਸ ਵਗੈਰਾ ਅਤੇ ਡੋਗ ਸਕਾਡ ਵੀ ਆ ਰਿਹਾ, ਹਾਲੇ ਤਾਂ ਫਿਲਹਾਲ ਤਾਂ ਇਹ ਬਲਾਈਂਡ ਹੈ।